ਅੱਗੇ ਤੂੰ ਮੇਰੇ ਨਾਲ ਨਿਕਾਹ ਪੜਿਆ ਹੈ? ਮੈਂ ਜਾ, ਤੈਨੂੰ ਅਸੀਂ ਵੀ ਤਲਾਕ ਦਿੱਤੀ, ਤਲਾਕ ਦਿੱਤੀ, ਤਲਾਕ ਦਿੱਤੀ। ਜਾ, ਤੂੰ ਕਿਸੇ ਹੋਰੀ ਕੋਲ ਜਵਾਲ ਹੈ। ਜਾ ਜਾ, ਜਿਹੜੇ ਸਾਡੇ ਡੰਡੇ ਤੇ ਚੜ੍ਹ ਕੇ ਪੀਂਘਾਂ ਪੈਣੀਆਂ। ਜਾ, ਤੇਰੀਆਂ ਪੀਂਘਾਂ ਵੱਡੀਆਂ, ਤੂੰ ਕਿਸੇ ਹੋਰੀ ਤੇ ਜਾ ਪੀਂਘ ਪਾ ਲੈ। ਜਾ ਜਾ, ਜਿਹੜੇ ਸਾਡੇ ਡੰਡੇ ਨੇ ਤੂੰ ਰਾਤੀ 12 ਵਜੇ ਤੋਂ ਬਾਅਦ ਚੁੱਪੇ ਲੈਣੀ ਹੈ। ਜਾ, ਤੇਰੇ ਚੁੱਪਿਆਂ ਨੂੰ ਅਸੀਂ ਜਵਾਬ ਦਿੱਤਾ, ਤੂੰ ਕਿਸੇ ਹੋਰੀ ਦੇ ਚੁੱਪੇ ਲੈ। ਜਾ ਜਾ, ਸਾਡੀਆਂ ਲੱਤਾਂ ਜਿਹੜੀਆਂ ਤੂੰ 12 ਵਜੇ ਗੁੱਟਣੀਆਂ, ਨਾ ਗੁੱਟੇ ਅਸੀਂ ਕੋਈ ਹੋਰ ਰੱਖ ਲਵਾਂਗੇ। ਤੂੰ ਨਾ ਜਾ, ਤੂੰ ਜਾ ਰਾਤ ਦੇ 12 ਵਜੇ ਜਿਹੜੀ ਤੂੰ ਸਾਡੀ ਲੱਤ ਲੱਤ ਰੱਖ ਕੇ ਕੜੋਲ ਕੱਢਣੀ ਹੈ, ਨਾ ਕੱਢੇ ਅਸੀਂ ਕਿਸੇ ਹੋਰੀ ਕੋਲ ਕਢਵਾ ਲਵਾਂਗੇ। ਜਾ, ਤੂੰ ਖਤਮ ਕਰਨੀ ਅਸੀਂ ਤੇਰੇ ਨਾਲ ਪਹਿਲੇ ਖਤਮ ਕੀਤਾ, ਤੈਨੂੰ ਤਲਾਕ ਦਿੱਤੀ, ਤਲਾਕ ਦਿੱਤੀ, ਤਲਾਕ ਦਿੱਤੀ। ਜਾ, ਤੂੰ ਆਪਣੀ ਜ਼ਿੰਦਗੀ 'ਚ ਖੁਸ਼ ਰਹੋ, ਤੈਨੂੰ ਆਜ਼ਾਦ ਕੀਤਾ। ਜਾ, ਜਿਹੜੇ ਜ਼ੈਤੂਨ ਦੇ ਤੇਲ ਦੇ ਨਾਲ ਤੂੰ ਸਾਡੇ ਲੱਕ ਨੂੰ ਮਾਲਿਸ਼ ਕਰਨੀ ਹੈ, ਨਾ ਕਰੀਏ ਅਸੀਂ ਕਿਸੇ ਹੋਰੀ ਕੋਲ ਸੌ ਦੇ ਕੇ ਕਰਵਾ ਲਵਾਂਗੇ। ਆਈ ਸਮਝ? ਮੈਂ ਤੇਰੇ ਨਾਲ ਰਿਸ਼ਤਾ ਪੱਕਾ ਖਤਮ ਕਰ ਦਿੱਤਾ, ਠੀਕ ਹੈ? ਸਿਰਫ ਮੈਂ ਤੇਰੇ ਨਾਲ ਐਸੀ ਕਿਉਂ? ਤੂੰ ਖਤਮ ਕੀਤਾ, ਅਸੀਂ ਤਾਂ ਅਗਲੇ ਵਾਰੀ ਨੂੰ ਖਤਮ ਬਿਮਾਰੀ ਕੀਤਾ ਪਈ ਤੇਰੇ ਹੋਵੇ, ਨਾਲ। ਮੈਂ ਤੈਨੂੰ ਕਿਸੇ ਕੰਮ ਵਾਸਤੇ ਫੋਨ ਕਰਦਾ ਹੋਵੇ ਅਗਲਾ ਮਰ ਜਾਵੇ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਜਾ, ਤੈਨੂੰ ਬਿਮਾਰੀ ਪਵੇ, ਤੈਨੂੰ ਕਰੋਨਾ ਹੋ ਜਾਵੇ, ਤੈਨੂੰ ਹਸਪਤਾਲ ਵਿੱਚ ਐਡਮਿਟ ਹੋਣ, ਹਸਪਤਾਲ ਦੇ ਡਾਕਟਰ ਵੀ ਤੈਨੂੰ ਅੱਜ ਰਾਤੀ ਨਾ, 3 ਵਾਰੀ ਕਰਨ। ਅੱਜ ਐਜ਼ਾਨ ਵੀ ਹੁੰਦੀ ਹੈ, ਜੁਮੇ ਦਾ ਦਿਹਾੜਾ ਹੈ। ਅੱਜ ਦਿਲ ਤੈਨੂੰ ਬਤਵਾ ਦਿੰਦਾ ਹੈ ਹਾਂ ਕਿ ਤੇਰਾ ਕੋਈ ਹਾਂ ਅੱਛਾ ਬੰਦਾ ਉਹਨੂੰ ਫੋਨ ਕਰੇ, ਤੇਰਾ ਫੋਨ ਨਾ ਚੁੱਕੇ। ਆਪਣੀ ਜ਼ਿੰਦਗੀ ਵਿੱਚ ਐਸਾ ਬੰਦਾ ਹੀ ਕੋਈ ਨਹੀਂ। ਮੈਂ ਆਨਾ ਮੇਰੇ ਵੱਲੋਂ ਸਾਰੇ ਮਰ ਜਾਣ, ਮੇਰਾ ਕੱਖ ਨਾ ਰਵੇ। ਮੈਂ ਆਨਾ ਜਾ, ਮੈਂ ਆਪਣੀਆਂ ਸਾਰੀਆਂ ਜਨਾਨੀਆਂ ਤਲਾਕ ਦਿੱਤੀਆਂ, ਮੇਰਾ ਕੋਈ ਨਾ ਮੈਨੂੰ ਚੁੱਕ ਕੇ ਮੈਨੂੰ ਦੇਵੇ। ਜਾ, ਮੇਰਾ ਵੀ ਰੱਬ ਵਾਰਸ ਹੈ, ਐਡੀ ਤੂੰ ਕਰਨੀ ਵਾਲੀ ਫਕੀਰਨੀ, ਐਡੀ ਤੂੰ ਕਰਨੀਆਂ ਨਹੀਂ ਹੁੰਦੀ। ਆਪਣੇ ਖਾਨੇ ਖੋਲ ਲਵੇ ਆ, ਆਪਣੀ ਕਸਮ ਬਣਾ ਲਵੇ ਆ। ਜਾ, ਤੂੰ ਜਾ, ਜਿਹੜੇ ਬੰਦ ਉਹ ਕਰ, ਜਿਹੜੀਆਂ ਤੇਰੀਆਂ ਦਰਬਾਰ ਤੇ ਚਾਦਰਾਂ ਚੜਦੀਆਂ ਨੇ, ਜਾ ਤੂੰ ਵੀ ਚੜਾ ਲੈ। ਬੋਲਣ ਲੱਗਾ ਮੇਰੇ ਕੇ ਮੇਰੇ ਜਾ, ਜਿਹੜੇ ਤੇਰੇ ਦਰਬਾਰ ਤੇ ਡੰਡੇ ਚੜਦੇ ਨੇ, ਤੂੰ ਵੇਖਿਆ ਆ ਮੈਂ ਤੈਨੂੰ। ਜਾ, ਤੇਰੇ ਦਰਬਾਰ ਤੇ ਜਿਹੜੇ ਮੁਤਾਰਾ ਵਾਲੇ ਉੱਥੇ ਮਲੰਗ ਬੈਠੇ ਹੁੰਦੇ ਨੇ ਮੁਤਾਰ, ਤੂੰ ਉਹਨਾਂ ਵਾਸਤੇ ਜਾ, ਤੈਨੂੰ ਵੇਖਿਆ ਆ ਮੈਂ ਐਡੀ ਤੂੰ ਕਰਨੀ ਵਾਲੀ। ਮੈਂ ਪਿੱਟਣ ਲੱਗ ਪੈਣੀ ਇੱਥੇ, ਚੁੱਪ ਕਰ ਜਾ ਮੁੰਡਾ, ਤੇਰੇ ਤੇ ਬੜਾ ਗੁੱਸਾ ਹੈ। ਸਾਨੂੰ ਪਹਿਲੇ 4 ਹੱਥ ਸੀਨੇ ਤੇ ਮਾਰ ਕੇ ਵਿਖਾ ਤੂੰ ਕਿਵੇਂ ਪਿੱਟਣੀ ਹੈ ਯਾਰ। ਮੈਂ ਮੇਰਾ ਦਿਨ ਦਿਲ ਕਰਦਾ ਮੈਂ ਪਿੱਟ ਲਈ ਹੈ। ਲੈ ਇੱਕ ਤੇ ਖੁੱਲਾ ਹੈ ਯਾਰ, ਉਹਦਾ ਦਰਵਾਜ਼ਾ ਕਦੀ ਬੰਦ ਹੋਇਆ? ਮਾਨੂਰ ਪੂਰ, ਹਾਂਜੀ ਬੋਲੋ। ਤੇਰਾ ਲੱਤਾਂ ਖੋਲ ਕੇ ਬੈਕ ਸੀਟ ਸਟੈਂਡ ਤੇ ਵਿਖਾ। ਮੈਂ ਹੁਣ ਬੜਾ ਥੱਕ ਗਈ ਹਾਂ, ਲੰਮ ਨਹੀਂ ਅੱਖਾਂ ਪੂਰ ਕਰਨ ਲੱਗ ਪਈ ਤੇ ਮੇਰਾ ਬੜਾ ਥੱਕ ਗਈ ਸੀ। ਤੇਰੇ ਕੋਲ ਕਿਹੜੀ ਚੱਕੀ ਪੀ ਵੇਂਦੇ ਰਹੇ? ਚੱਲ ਨੂਰ, ਓਕੇ, ਛੋਟੀ ਜਿਹੀ ਪਨਿਸ਼ਮੈਂਟ ਦੇਵਾਂ, ਚੱਲ ਕੋਈ ਬੋਲਣ ਵਾਲੀ ਕੋਈ ਕਿਸੇ ਵਾਲੇ ਐਸਾ ਨੂੰ ਦੇ ਦੇ, ਮੈਂ ਕਰ ਦਿੰਦਾ। ਚੱਲ ਠੀਕ ਹੈ, ਜ਼ਬਾਨ ਪਕੜ ਕੇ 20 ਵਾਰੀ ਬੋਲ, ਮੇਰੀ ਫੁੱਟੀ ਮਾਰੋ, ਮੇਰੀ ਫੁੱਟੀ ਮਾਰੋ, ਮੇਰੀ ਫੁੱਟੀ ਮਾਰੋ। ਫੁੱਟੀ ਤੈਨੂੰ ਪਤਾ ਕਾਟਨ ਨੂੰ ਸੱਦੇ ਨੇ, ਰੂਹ ਨੂੰ। ਕਿੰਨੂੰ? ਕਾਟਨ ਨੂੰ ਸੱਦੇ ਨੇ, ਰੂਹ ਨੂੰ ਫੁੱਟੀ ਸੱਦੇ ਨੇ। 20 ਵਾਰੀ ਜ਼ਬਾਨ ਪਕੜ ਕੇ 20 ਵਾਰੀ ਬੋਲ, ਵੇ ਲੋਕੋ ਮੇਰੀ ਫੁੱਟੀ ਮਾਰੋ, ਵੇ ਲੋਕੋ ਮੇਰੀ ਫੁੱਟੀ ਮਾਰੋ, ਜ਼ਬਾਨ ਪਕੜ ਕੇ। ਉੱਚੀ ਬੋਲ, ਉੱਚੀ ਬੋਲ, ਨਾਲੇ ਉੱਚੀ ਬੋਲ। ਜ਼ੋਰ ਨਾਲ, ਗੁੱਸੇ ਨਾਲ, ਜ਼ਬਾਨ ਪਕੜ ਕੇ ਬੋਲ, ਲੋੜ ਗਏ ਜੋ ਕਿ ਬੱਚੀ ਨਹੀਂ। ਇਹ ਵੀ ਬਕਵਾਸ ਕਰ, ਮੇਰੀ ਕਰ ਲੰਮੀ ਹੋ ਜਾ, ਤੂੰ ਵੀ ਕਰਨਾ। ਸੋਰੀ, ਮੈਂ 3 ਦਿਨ ਬਿਮਾਰ ਰਹੀ ਹਾਂ, ਤੂੰ ਇੰਨਾ ਨਹੀਂ ਫੋਨ ਕਰਕੇ ਆਖਿਆ? 3 ਦਿਨ ਹੋ ਗਏ ਨੇ, ਆਈ ਨਹੀਂ ਉਹ ਕਿੱਥੇ? ਤੂੰ ਜਿਹੜੀਆਂ ਪਾਣੀ ਵਾਲੀਆਂ ਪਨਿਸ਼ਮੈਂਟਾਂ ਕਰਾਈਆਂ ਸਨ ਉਹਦੀ ਵਜ੍ਹਾ ਨਾਲ ਬਿਮਾਰ ਹੋਈ, ਸਰਦ ਗਰਮ ਹੋ ਗਈ, ਫਿਰ ਵੀ ਜਵਾਬ ਨਹੀਂ ਦੇ ਰਿਹਾ। ਨਹੀਂ, ਤੂੰ ਤੂੰ ਮੈਨੂੰ ਇਹ ਦੱਸ, ਗਰਮ ਕੀ ਚੀਜ਼ ਸੀ ਜਿੱਥੇ ਪਾਣੀ ਪਿਆ? ਇੱਥੇ ਕਿੱਥੇ? ਇੱਥੇ ਇਹ ਗਰਮ ਸੀ, ਇਹ ਗਰਮ ਸੀ ਤੇ ਠੰਡਾ ਪਾਣੀ ਪਿਆ ਤੇ ਗਰਮ ਸਰਦ ਹੋ ਗਿਆ। ਨਹੀਂ, ਇਹ ਰਾਤੀ ਨਿਊ ਬਾਈ ਵੈਲਕਮ, ਇਹ ਰਾਤੀ ਤੂੰ 11:30 ਵਜੇ ਇੱਥੇ ਕਿਹੜੇ ਹੀਟਰ ਚਲਾਏ ਸੀ?
ਨਹੀਂ ਤੂੰ ਬੰਦਾ ਆ ਕੇ ਮੈਂ ਤੇਰੀ ਵਜ੍ਹਾ ਤੋਂ ਬਿਮਾਰ ਹੋਈ ਆ ਇੱਥੇ। ਤੂੰ 11:30 ਵਜੇ ਕਿਹੜੇ ਹੀਟਰ ਚਲਾਇਆ ਸੀ ਰਾਤੀ? ਗਰਮ ਸੀ ਤੂੰ, ਮੈਂ ਪਾਣੀ ਪਵਾਇਆ ਤੇ ਸਰਦ ਗਰਮ ਹੋ ਗਏ। ਮੈਨੂੰ ਜ਼ਰਾ ਪਹਿਲੇ ਇਹ ਦੱਸ, ਫਿਰ ਬਾਅਦ ਹੋਈਆਂ ਰਾਤ ਦੇ 11:30 ਵਜੇ ਤੂੰ ਪਾਣੀ ਪਾਇਆ, ਉਸ ਟਾਈਮ ਇੱਥੇ ਤੂੰ ਕਿਹੜੀਆਂ ਅੱਗਾਂ ਬਾਲੀਆਂ ਹੋਈਆਂ ਸੀ ਜਿਹਦੇ ਉੱਤੇ ਤੂੰ ਸੇਕ ਰਹੀ ਸੀ ਇਹ ਆਪਣੇ ਲੱਖਣ ਤੇ ਮੱਖਣ? ਜ਼ਰਾ ਮੈਨੂੰ पनिशमेंट बॉल पनिशमेंट, कोई अच्छी सी पनिशमेंट, कोई प्यारी सी सुई सी छोटी सी, कोई नॉर्मल सी, कोई नाजुक सी, कोई इतनी सी, कोई इतनी सी, बताओ पनिशमेंट। पानी पा एक गिलास पूरा अपने लखन ते मक्खन च। दूजी दसो जी। दूजी पनिशमेंट है कि अपना मुंह परा करके ते बैग साडे हल करके ते परफ्यूम दी बोतल लेके थल्लू हाथ वाड़ के 20 बारी अपनी बैग ते परफ्यूम दा छिड़काव करके बो मारनी है तू अपनी। तीसरी पनिशमेंट ए अपना तेरी के तू इंज कर के मुंह काला करके 10 बारी अंडा मुंह च पा, फिर कड फिर पा, फिर कड फिर पा, फिर कड फिर पा, फिर कड। ਕਿੱਦਾਂ ਮਜ਼ਾ ਆਉਂਦਾ ਤੈਨੂੰ ਗੰਦੀਆਂ, ਫਿਰ ਪਾ ਫਿਰ ਕੱਢ ਫਿਰ, ਕਿੱਦਾਂ ਮਜ਼ਾ ਆਉਂਦਾ ਇਹਨਾਂ ਗੱਲਾਂ ਕਰਨੇ। ਤੇ ਅਸੀਂ ਇੱਥੇ ਫੌਤਗੀ ਤੇ ਆਏ ਹਾਂ, ਮਜ਼ਾ ਲੈਣ ਹੀ ਆਏ ਹਾਂ। ਮੈਂ ਇੱਕ ਗਲਾਸ ਕਿਹਦੇ ਚ ਪਾਣਾ ਹੈ? ਲੱਖਣ ਦੇ ਮੁੱਖ। ਹਾਂ ਜੀ ਮੈਂ ਇੱਕ ਗਲਾਸ ਪਾਣੀ ਪਾਣ ਲਈ ਹੈ, ਲੇਕਿਨ ਅੱਜ ਮੈਂ ਕੱਪੜੇ ਪਾਏ ਨੇ ਐ ਵਾਲੇ, ਤੇ ਯਾਰ ਥੋੜਾ ਇਸ਼ੂ ਹੋ ਲਾ ਗਿਆ। ਦੇ ਇਹ ਤਾਂ ਕਸਮ ਦੇਣ ਜੋਗੀ ਹੈ ਨਾ ਕਿ ਮੈਂ ਲਿਆ ਨਹੀਂ, ਖਾਲੀ ਪਨਿਸ਼ਮੈਂਟ ਕੀਤੀ। ਸੁੱਕੀ ਬਦਨਾਮ ਹੈ, ਕਦੀ ਗਿੱਲਾ ਕਰਾਈ? ਗਲਾਸ ਹੁੰਦੇ ਆ, ਇੱਕ ਗਲਾਸ ਹੁੰਦਾ ਹੈ ਇਤਨਾ ਪਾ ਦੇ ਅੰਦਰ ਪੈਣੀ। ਹੋਏ 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 ਹੋਏ, ਇਹ ਇੱਕ ਘੁੱਟ ਪਾਇਆ, ਗਿਲਾਸ ਪੈਣੀ, ਗਿਲਾਸ ਗਿਲਾਸ ਹੀ ਪਾਵਾਂਗੇ। ਪਾ ਭਾਵੀ ਹੁਣ ਭਾਵੀ ਦੇ ਦੂਜੇ ਪਾਸੇ। ਅੱਛਾ ਅੱਗੇ ਲੱਖਣ ਗਿੱਲਾ ਕੀਤੀ ਹੁਣ? ਓਏ ਤੇਰੀ ਪੈਰ ਦੀ ਛਿੱਕੀ, ਓਏ ਕਿੱਥੇ ਜਾ ਰਹੀ, ਕਿਵੇਂ ਕਰਕੇ ਜਾ ਰਹੀ ਜ਼ਾਲਮੇ? ਓਏ ਓਏ